ਆਪਣੇ ਗੁਰਬਚਨ ਸਿੰਘ ਜੀ, ਇੱਕ ਆਪਣੇ ਨਾ ਇੱਧਰਲੇ ਜਦੋਂ ਦੇਸ਼ ਦੇ ਵਿੱਚ ਦੇਖੀ ਬਾਹਰਲੇ ਦੇਸ਼ਾਂ ਦੇ ਵਿੱਚ, ਤਾਂ ਠੀਕ ਹੈ ਆਪਣੀ ਰਿਸ਼ਵਤਖੋਰੀ ਵਗੈਰਾ ਜਿਵੇਂ ਇੱਧਰ ਵੀ ਕਿਸੇ ਲਿਮਿਟ ਦੇ ਉੱਤੇ ਹੋਏਗੀ, ਲੇਕਿਨ ਇੰਨੀ ਜ਼ਿਆਦਾ ਸ਼ਰੇਆਮ ਨਹੀਂ ਜਿੰਨੀ ਕਿ ਆਪਣੇ ਮੁਲਕਾਂ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ। ਔਰ ਉਹਦੇ ਉੱਤੇ ਵੀ ਯਾਨੀ ਕਿ ਬਹੁਤ ਸਾਰੇ ਯਾਨੀ ਕਿ ਜਿਹੜੇ ਜੋਕਸ ਵਗੈਰਾ ਬਣੇ ਹੋਏ ਨੇ। ਔਰ ਕੋਈ ਯਾਨੀ ਕਿ ਇੱਕ ਮੈਨੂੰ ਸਗੋਂ ਮੈਨੂੰ ਵੀ ਯਾਦ ਆ ਰਿਹਾ ਸੀਗਾ ਕਿ ਇੱਕ ਵਾਰੀ ਨਾ ਨਵੀਂ ਚੀਜ਼ ਮੈਂ ਤੁਹਾਨੂੰ ਸੁਣਾਉਣ ਲੱਗਿਆ। ਇਹ ਵੀ ਦੁਖੀ ਨੇ ਜੀ, ਇਹ ਵੀ ਦੁਖੀ ਨੇ, ਬਿਲਕੁਲ ਜੀ। ਜਿਹੜੇ ਜੋ ਕਰਦੇ ਨੇ ਉਹਨੂੰ ਦੁਖੀ ਹੋ, ਦੁੱਖ ਹੋ ਕੇ ਸੁੱਖ ਨਿਕਲਦਾ ਨਾ। ਜਦੋਂ ਰੱਬ ਦੇਖੋ ਤੁਹਾਨੂੰ ਜੇ ਛੋਟੀ ਜਿਹੀ ਦੁੱਖ ਦਿੰਦਾ ਨਾ, ਤੁਹਾਡੇ ਹੱਥ 'ਚ ਕੋਈ ਚੀਜ਼ ਖੋਂਦਾ ਨਾ, ਉਹ ਤਾਂ ਤੁਹਾਡੇ ਹੱਥ 'ਚ ਖੋਂਦਾ ਤੇ ਤੁਹਾਡੇ ਹੱਥ ਫ੍ਰੀ ਕਰੇ, ਤੁਹਾਨੂੰ ਵੱਡੀ ਚੀਜ਼ ਸੋਹਣੀ ਦੇਵੇ। ਅੱਜ ਇਹਨਾਂ ਨੇ ਵੀ ਸਹੀ, ਇਹਨਾਂ ਵੀ ਅੱਜ ਡੀਐਮ ਇਹਨਾਂ ਨੂੰ ਸੋਹਣੀ ਚੀਜ਼ ਮਿਲੇਗੀ। ਡੀਐਮ ਲਿਜੀ ਤਾਂ ਇਹਨਾਂ ਨੇ ਵੀ ਸਹੀ ਦੱਸਣਾ, ਕਿਉਂਕਿ ਇਹ ਵੀ ਕਾਮੇਡੀ ਬਹੁਤ ਕਰਦੇ ਨੇ। ਅੱਜ ਇਹ ਵੀ ਦੱਸੂਗੇ ਕਿ ਦੁਖੀ ਨੇ ਕਿ ਕੀ ਹੈ ਜੀ। ਬਿਲਕੁਲ, ਲੇਕਿਨ ਇਹ ਕਹਿੰਦੇ ਨੇ ਕਿ ਜਿਹੜੇ ਸਾਡੇ ਦਰਸ਼ਕ ਨੇ ਨਾ, ਉਹ ਸਾਨੂੰ ਹਮੇਸ਼ਾ ਖੁਸ਼ੀ ਦੇਖਣਾ ਚਾਹੁੰਦੇ। ਬਿਲਕੁਲ, ਉਹ ਇਹ ਨਹੀਂ ਚਾਹੁੰਦੇ ਕਿ ਅਸੀਂ ਚੁੱਪ ਕਰਕੇ ਇੱਥੇ ਬੈਠੇ ਰਹੀਏ, ਯਾਨੀ ਕਿ ਸਾਡੇ ਕਰਕੇ ਕਿਸੇ ਨੂੰ ਖੁਸ਼ੀ ਮਿਲ ਜਾਵੇ, ਉਹਨਾਂ ਦੇ ਉੱਤੇ ਹਾਸੀ ਆ ਜਾਵੇ, ਸਾਡੇ ਕਰਕੇ ਕਿਸੇ ਯਾਨੀ ਕਿ ਖੁਸ਼ੀ ਮਿਲ ਜਾਵੇ। ਔਰ ਸਾਡੇ ਵਾਸਤੇ ਬਹੁਤ ਖੁਸ਼ਕਿਸਮਤੀ ਹੈ, ਬੇਸ਼ੱਕ ਇਹ ਸਾਡੀ ਕਿਸਮਤ ਹੈ, ਜਿਸ ਤਰ੍ਹਾਂ ਦੇ ਮਰਜ਼ੀ ਸਾਡੀ ਜ਼ਿੰਦਗੀ ਹੋਵੇ। ਭਾਵੇਂ ਸਾਡੇ ਅੰਦਰ ਇੰਨੇ ਸਾਰੇ ਗਮ ਨੇ, ਅਸੀਂ ਆਪਣੇ ਗਮਾਂ ਨੂੰ ਛਿਪਾ ਕੇ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਰੱਖ ਕੇ ਫਿਰ ਅਸੀਂ ਇਹਨਾਂ ਦਾ ਲੋਕਾਂ ਨੂੰ ਹਸਾਈ ਦਾ ਐਂਟਰਟੇਨਮੈਂਟ। ਲੇਕਿਨ ਤੁਸੀਂ ਹਸਾ ਫਿਰ ਲੋਕਾਂ ਨੂੰ, ਹਮਾਰੇ ਪਾਸ ਗਮ ਆਤਾ ਹੈ, ਖੁਦ ਹੀ ਦੁਖੀ ਹੋ ਕੇ ਭਾਗ ਜਾ। ਅੱਛਾ ਅੱਛਾ, ਉਹਨੂੰ ਵੈਲਕਮ ਨਾ ਕਰੋ। ਇਹ ਦੁਖੀ ਤੋਂ, ਇਹ ਦੁੱਖ ਕਿੱਥੋਂ, ਖੁਦ ਹੀ ਦੁਖੀ ਹੋ ਕੇ ਭਾਗ, ਤੁਹਾਡੇ ਕੋਲ ਦੁੱਖ ਕਿੱਥੋਂ ਆ ਗਿਆ? ਨਹੀਂ, ਆਵੇ ਵੀ ਖੁਦ ਹੀ ਦੁਖੀ ਹੋ ਕੇ ਭਾਗ ਜਾਂਦਾ ਹੈ।